ਬਰਗਾੜੀ ਦਾ ਇਨਸਾਫ ਮੋਰਚਾ ਜਿਹੜਾ ਉਹ ਸਮਾਪਤ ਨਹੀਂ ਹੋਇਆ। ਬਰਗਾੜੀ ਦਾ ਇਨਸਾਫ ਮੋਰਚਾ ਜਾਰੀ ਆ, ਅਸੀਂ ਪਿੰਡ ਪਿੰਡ ਲੈ ਕੇ ਜਾਵਾਂਗੇ, ਸ਼ਹਿਰ ਸ਼ਹਿਰ ਲੈ ਕੇ ਜਾਵਾਂਗੇ। ਆਖਰੀ ਦਿਨਾਂ ਦੇ ਅੰਦਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਗਏ, ਇਸ ਤਰੀਕੇ ਨਾਲ ਸਾਰੀ ਕੌਮ ਨੂੰ ਔਰ ਜਿਹੜੀਆਂ ਸਹਿਯੋਗ ਦੇ ਰਹੀਆਂ ਨਕਸ਼ੇ ਬੰਦੀਆਂ ਸਾਰਿਆਂ ਨੂੰ ਖੱਡ ਚ ਸਿੱਟਿਆ। ਬਰਗਾੜੀ ਮੋਰਚੇ ਦੀ ਸਮਾਪਤੀ ਕਰਨ ਦੇ ਢੰਗ ਤਰੀਕਿਆਂ ਤੋਂ ਨਾਰਾਜ਼ ਮੋਰਚੇ ਨਾਲ ਜੁੜੇ ਲੋਕਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ 1920 ਦੇ ਆਗੂ ਜਥੇਦਾਰ ਬੁੱਟਾ ਸਿੰਘ ਰਣਸਿੰਘੇ ਵੱਲੋਂ ਬੁਲਾਈ ਗਈ ਕਮੇਟੀ ਵਿੱਚ ਹਿੱਸਾ ਲਿਆ ਅਤੇ ਆਪਣੇ ਵਿਚਾਰ ਰੱਖੇ। ਮੋਰਚੇ ਦੇ ਅਹਿਮ ਅੰਗ ਰਹੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸੰਬੋਧਨ ਕਰਦੇ ਕਿਹਾ ਕਿ ਜਥੇਦਾਰ ਮਨ ਨੇ ਬਰਗਾੜੀ ਮੋਰਚਾ ਮੇਰੀ ਸਲਾਹ ਨਾਲ ਸ਼ੁਰੂ ਕੀਤਾ ਸੀ, ਪਰੰਤੂ ਬਰਗਾੜੀ ਮੋਰਚੇ ਦੀ ਸਮਾਪਤੀ ਸਮੇਂ ਉਹਨਾਂ ਮੇਰੀ ਕੋਈ ਸਲਾਹ ਨਹੀਂ ਲਈ। ਮੈਂ ਚਾਹੁੰਦਾ ਸੀ ਕਿ ਮੋਰਚੇ ਦੀ ਸਮਾਪਤੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ। 9 ਦਸੰਬਰ ਨੂੰ ਜੋ ਮੋਰਚੇ ਦੀ ਸਮਾਪਤੀ ਦਾ ਜਥੇਦਾਰ ਮਨ ਸਾਹਿਬ ਨੇ ਐਲਾਨ ਕੀਤਾ, ਸੰਗਤਾਂ ਦੇ ਵਿੱਚ ਬੜੀ ਨਿਰਾਸ਼ਾ, ਜਿਨ੍ਹਾਂ ਨੇ ਬਹੁਤ ਸਾਥ ਦਿੱਤਾ। ਭਾਵੇਂ ਸਰਕਾਰ ਨੇ ਬੜੀਆਂ ਪਾਬੰਦੀਆਂ ਲਾਈਆਂ, ਬੜੀਆਂ ਫੋਰਸਾਂ ਲਾਈਆਂ, ਬੜਾ ਡਰ ਦਾ ਸਹਿਮ ਦਾ ਮਾਹੌਲ ਪੈਦਾ ਕੀਤਾ, ਫਿਰ ਵੀ ਸੈਂਕੜੇ ਲੋਕ ਇੱਥੇ ਜਿਹੜੇ ਮੀਟਿੰਗ 'ਚ ਇਸ ਮੋਰਚੇ ਨਾਲ ਜੁੜੇ ਹੋਏ ਸੀ ਉਹ ਇੱਥੇ ਆਏ ਆ। 9 ਦਸੰਬਰ ਨੂੰ ਜੋ ਮੋਰਚੇ ਦੀ ਸਮਾਪਤੀ ਦਾ ਜਥੇਦਾਰ ਮਨ ਸਾਹਿਬ ਨੇ ਐਲਾਨ ਕੀਤਾ, ਸੰਗਤਾਂ ਦੇ ਵਿੱਚ ਬੜੀ ਨਿਰਾਸ਼ਾ, ਜਿਨ੍ਹਾਂ ਨੇ ਬਹੁਤ ਸਾਥ ਦਿੱਤਾ। ਉਹਨਾਂ 'ਚ ਇੱਕ ਜਥੇਦਾਰ ਭਾਈ ਬੂਟਾ ਸਿੰਘ ਰਣਸਿੰਘ, ਜਨਰਲ ਸਕੱਤਰ 1920 ਵੀ ਨੇ। ਉਹਨਾਂ ਨੇ ਅੱਜ ਇਸ ਮੋਰਚੇ ਦੀ ਸਮੀਖਿਆ ਲਈ ਸੰਗਤਾਂ ਦੇ ਵਿਚਾਰ ਲੈਣ ਵਾਸਤੇ ਅੱਜ ਇੱਥੇ ਇਕੱਠ ਸੱਦਿਆ ਸੀ। ਬਰਗਾੜੀ ਸਿਰਫ ਮੀਟਿੰਗ, ਭਾਵੇਂ ਸਰਕਾਰ ਨੇ ਬੜੀਆਂ ਪਾਬੰਦੀਆਂ ਲਾਈਆਂ, ਬੜੀਆਂ ਫੋਰਸਾਂ ਲਾਈਆਂ, ਬੜਾ ਡਰ ਦਾ ਸਹਿਮ ਦਾ ਮਾਹੌਲ ਪੈਦਾ ਕੀਤਾ, ਫਿਰ ਵੀ ਸੈਂਕੜੇ ਲੋਕ ਇੱਥੇ ਜਿਹੜੇ ਮੀਟਿੰਗ 'ਚ ਇਸ ਮੋਰਚੇ ਨਾਲ ਜੁੜੇ ਹੋਏ ਸੀ ਉਹ ਇੱਥੇ ਆਏ ਆ। ਮੈਨੂੰ ਵੀ ਉਹਨਾਂ ਨੇ ਇੱਥੇ ਪਹੁੰਚਣ ਦਾ ਸੱਦਾ ਦਿੱਤਾ ਸੀ ਔਰ ਮੈਂ ਵੀ ਇੱਥੇ ਪਹੁੰਚਿਆ, ਔਰ ਉਹਨਾਂ ਨੇ ਸਾਰਿਆਂ ਦੇ ਵਿਚਾਰ ਲਏ, ਉਹਨਾਂ ਆਪਣੀ ਡਾਇਰੀ 'ਚ ਨੋਟ ਕੀਤੇ। ਉਹ ਇਸ ਮੋਰਚੇ ਦਾ ਹਿੱਸਾ ਸੀ, ਬੜਾ ਸਤਿਕਾਰਯੋਗ ਹਿੱਸਾ ਸੀ ਭਾਈ ਬੂਟਾ ਸਿੰਘ। ਤਾਂ ਉਹਨਾਂ ਨੇ ਸਾਰੇ ਜਿੰਨੇ ਸੰਤ ਮਹਾਂਪੁਰਸ਼ ਇੱਥੇ ਆਏ ਆ ਜਾਂ ਸੰਗਤਾਂ ਆਈਆਂ, ਸਾਰਿਆਂ ਆਪਣੇ ਵਿਚਾਰ ਦਿੱਤੇ ਆ, ਅਤੇ ਉਹਨਾਂ ਨੇ ਅਗਲੀ ਮੀਟਿੰਗ ਸਾਰੇ ਪੰਥ ਨੂੰ, ਪੰਥ ਦਰਦੀਆਂ ਨੂੰ ਇਕੱਠੇ ਕਰਨ ਵਾਸਤੇ ਸਾਰਿਆਂ ਦੇ ਵਿਚਾਰ ਲੈ ਕੇ ਜਿਹੜਾ ਹੈਗਾ ਉਹ 8 ਜਨਵਰੀ ਨੂੰ ਆਪਣੇ ਰਣਸਿੰਘ ਮੰਡੀ ਦੇ ਵਿੱਚ ਜੋ ਮੋਗੇ 'ਚ ਜ਼ਿਲ੍ਹੇ 'ਚ ਪੈਂਦੀ ਆ ਵੀ ਉਹਦੇ 'ਚ ਪੰਥਕ ਇਕੱਠ ਉਹਨਾਂ ਨੇ ਸੱਦਿਆ ਵਾ ਸਾਰਿਆਂ ਦੇ ਵਿਚਾਰ ਲੈਣ ਲਈ, ਅਤੇ ਮੈਂ ਉਹਦੇ ਵਿੱਚ ਫਿਰ ਜ਼ਰੂਰ ਸ਼ਾਮਿਲ ਹੋਊਂਗਾ ਔਰ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਸਾਰੇ ਉੱਥੇ ਸ਼ਾਮਿਲ ਹੋਣ, ਸਾਰੇ ਉੱਥੇ ਆਉਣ। ਸੋ ਇਸ ਕਾਰਨ ਕਰਕੇ ਜਿਹੜਾ ਬਰਗਾੜੀ ਦਾ ਇਨਸਾਫ ਮੋਰਚਾ ਉਹ ਲਗਾਤਾਰ ਜਾਰੀ ਆ, ਬਰਗਾੜੀ ਦਾ ਇਨਸਾਫ ਮੋਰਚਾ ਜਿਹੜਾ ਉਹ ਸਮਾਪਤ ਨਹੀਂ ਹੋਇਆ। ਬਰਗਾੜੀ ਦਾ ਇਨਸਾਫ ਮੋਰਚਾ ਜਾਰੀ ਆ, ਅਸੀਂ ਪਿੰਡ ਪਿੰਡ ਲੈ ਕੇ ਜਾਵਾਂਗੇ, ਸ਼ਹਿਰ ਸ਼ਹਿਰ ਲੈ ਕੇ ਜਾਵਾਂਗੇ, ਪੰਥ ਨੂੰ ਇਕੱਠਾ ਕਰਾਂਗੇ, ਔਰ ਇਹ ਬਰਗਾੜੀ ਦਾ ਇਨਸਾਫ ਮੋਰਚਾ ਜਿਹੜਾ ਜਾਰੀ। ਮੇਰੀ ਬੇਨਤੀ ਆ ਸੰਗਤਾਂ ਨੂੰ ਕਿ ਸ਼ਹੀਦਾਂ ਦੇ ਦਿਨ ਆ ਰਹੇ ਆ, ਫਤਿਹਗੜ੍ਹ ਸਾਹਿਬ ਦੇ ਕੇਸਰੀ ਦਸਤਾਰਾਂ ਸਜਾਓ, ਇੱਕ ਕੇਸਰੀ ਲਹਿਰ ਪੈਦਾ ਕਰੋ, ਔਰ ਸਰਬਸੰਮਤੀ ਦੇ ਨਾਲ ਪਿੰਡਾਂ ਦੇ ਵਿੱਚ ਪੰਚਾਇਤਾਂ ਬਣਾ ਕੇ ਗੁਰਦੁਆਰਾ ਸਾਹਿਬਾਨਾਂ 'ਚ ਪਹਿਰੇਦਾਰੀ ਕਰੋ ਤਾਂ ਕਿ ਬੇਅਦਬੀ ਦੀਆਂ ਘਟਨਾਵਾਂ ਨਾ ਵਾਪਰਨ। ਜਿਹੜੇ ਨਸ਼ਿਆਂ ਤੋਂ ਰਹਿਤ ਬੰਦੇ ਆ, ਗੁਰਮੁਖ ਬੰਦਿਆਂ ਦੀਆਂ ਪੰਚਾਇਤਾਂ ਜਿਹੜੀਆਂ ਸਰਬਸੰਮਤੀ ਨਾਲ ਪਿੰਡਾਂ 'ਚ ਬਣਾਈਆਂ ਜਾਣ। ਬਿਲਕੁਲ, ਭਾਈ ਬੂਟਾ ਸਿੰਘ ਹੁਣਾਂ ਨੇ ਅੱਜ ਸੱਦਾ ਦਿੱਤਾ 8 ਤਰੀਕ ਦੀ ਮੀਟਿੰਗ ਦਾ, ਅਤੇ ਮੈਨੂੰ ਜਿਵੇਂ ਪਹਿਲਾਂ ਉਹਨਾਂ ਨੇ ਸੱਦਾ ਦਿੱਤਾ ਸੀ ਮੈਂ ਸ਼ਾਮਿਲ ਹੋਇਆ ਸੀ, ਮੈਂ ਫਿਰ ਸ਼ਾਮਿਲ ਹੋਵਾਂਗਾ 8 ਜਨਵਰੀ ਨੂੰ ਉਹਨਾਂ ਦੀ ਮੀਟਿੰਗ ਦੇ ਵਿੱਚ, ਔਰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਾਰੇ ਸਹਿਯੋਗ ਦਿਓ, ਕਿਉਂਕਿ ਬਰਗਾੜੀ ਦਾ ਇਨਸਾਫ ਮੋਰਚਾ ਸੰਪੂਰਨ ਜਿੰਨਾ ਚਿਰ ਮੰਗਾਂ ਨਹੀਂ ਮਨਵਾ ਲੈਂਦਾ ਉਨਾ ਚਿਰ ਇਹਨੂੰ ਜਾਰੀ ਰੱਖਣਾ ਵਾ, ਔਰ ਜਿਹੜੀ ਜਥੇਦਾਰ ਮੰਡ ਸਾਹਿਬ ਨੇ ਕਾਹਲੀ ਕੀਤੀ ਔਰ ਡਿਕਟੇਟਰਸ਼ਿਪ ਕੀਤੀ ਆ, ਉਸ ਭਾਵਨਾ ਨੂੰ ਪੰਥ ਪ੍ਰਵਾਨ ਨਹੀਂ ਕਰਦਾ। ਪੰਚ ਪ੍ਰਧਾਨੀ ਮਰਜ਼ਾਦਾ ਵੀ ਸਾਰਿਆਂ ਦੇ ਸਲਾਹ ਮਸ਼ਵਰੇ ਦੇ ਨਾਲ ਜਿਹੜਾ ਹੈਗਾ ਲੈ ਕੇ ਇਸ ਮੋਰਚੇ ਨੂੰ ਅੱਗੇ ਜਿਹੜਾ ਹੈਗਾ ਤੋਰਿਆ ਜਾਵੇ। ਜਿਸ ਤਰ੍ਹਾਂ ਕਿ ਆਪਣੇ ਮੰਡ ਸਾਹਿਬ ਨੇ ਇੱਕ ਮੀਟਿੰਗ ਰੱਖੀ ਸੀ ਕਿਉਂਕਿ 20 ਤਰੀਕ ਦੀ ਕੈਂਸਲ ਕਰਕੇ ਹੁਣ 10 ਜਨਵਰੀ ਦੀ ਕੀਤੀ ਗਈ ਹੈ, ਕੀ ਤੁਸੀਂ ਉਸ ਮੀਟਿੰਗ ਵਿੱਚ ਸ਼ਾਮਲ ਹੋਵੋਗੇ? ਨਹੀਂ, ਮੈਂ ਪਹਿਲਾਂ ਵੀ ਐਲਾਨ ਕੀਤਾ ਸੀਗਾ ਕਿ ਮੈਂ 20 ਤਰੀਕ ਵਾਲੀ ਮੀਟਿੰਗ 'ਚ ਉਹਨਾਂ ਦੀ 'ਚ ਨਹੀਂ ਜਾਵਾਂਗਾ ਔਰ ਨਾ ਹੀ ਮੈਂ 10 ਜਨਵਰੀ ਵਾਲੀ ਉਹਨਾਂ ਦੀ ਮੀਟਿੰਗ ਵਿੱਚ ਜਾਵਾਂਗਾ। ਮੈਂ ਜਿਹੜੀ ਜਥੇਦਾਰ ਬੂਟਾ ਸਿੰਘ ਨੇ ਸੱਦਾ ਦਿੱਤਾ ਵਾ 8 ਜਨਵਰੀ ਦੇ ਪੰਥਕ ਇਕੱਠ ਪੰਥਕ ਮੀਟਿੰਗ ਦਾ, ਉਹਦੇ ਵਿੱਚ ਮੈਂ ਜ਼ਰੂਰ ਜਾਵਾਂਗਾ ਕਿਉਂਕਿ ਇਹ ਮੋਰਚੇ ਦਾ ਹਿੱਸਾ ਰਹੇ ਆ, ਇਹਨਾਂ ਬਹੁਤ ਵੱਡਾ ਯੋਗਦਾਨ ਪਾਇਆ। ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ, ਪੰਥਕ ਜਥੇਬੰਦੀਆਂ ਦਾ, ਸੰਗਤਾਂ ਦਾ ਕੋਈ ਕਸੂਰ ਨਹੀਂ ਆ। ਮੰਡ ਸਾਹਿਬ ਦੇ ਡਿਸੀਜਨ ਤੋਂ ਪੰਥ ਵਿੱਚ ਨਿਰਾਸ਼ਾ ਜਿਹੜੀ ਉਹ ਫੈਲੀ ਆ, ਉਹ ਨਿਰਾਸ਼ਤਾ ਨੂੰ ਦੂਰ ਕਰਨ ਵਾਸਤੇ ਅਤੇ ਮੋਰਚੇ ਨੂੰ ਅਗਾਂਹ ਲਿਜਾਣ ਵਾਸਤੇ ਅਸੀਂ ਹਰ ਤਰ੍ਹਾਂ ਦਾ ਯੋਗਦਾਨ ਜਿਹੜਾ ਇਹਦੇ ਵਿੱਚ ਪਾਵਾਂਗੇ ਅਤੇ ਮੋਰਚਾ ਜਾਰੀ ਰੱਖਿਆ ਜਾਊ। ਹੁਣ ਤੱਕ ਅਸੀਂ
ਔਰ ਅਮਨ ਸ਼ਾਂਤਮਈ ਤਰੀਕੇ ਦੇ ਨਾਲ ਮੋਰਚੇ ਨੂੰ ਜਿਹੜਾ ਹੈਗਾ ਮੋਰਚੇ ਲਾਏ ਆ ਪੰਥ ਦੇ ਔਰ ਲਗਾਤਾਰ ਸੰਘਰਸ਼ ਕੀਤਾ। ਸਾਨੂੰ ਸਰਕਾਰਾਂ ਦੀਆਂ ਜੇਲ੍ਹਾਂ ਦਾ ਡਰ ਨਹੀਂ, ਮੁਕੱਦਮਿਆਂ ਦਾ ਡਰ ਨਹੀਂ, ਤਸ਼ੱਦਦ ਦਾ ਡਰ ਨਹੀਂ ਆ। ਅਸੀਂ ਪੁਰ ਅਮਨ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ ਦੀ ਜਿਹੜੀ ਜੰਗ ਆ ਉਹਨੂੰ ਜਾਰੀ ਰੱਖਾਂਗੇ। ਬਿਊਰੋ ਰਿਪੋਰਟ।